100 आम आदमी क्लिनिकां दी सफलता तों बाद हुण पंजाब च 400 होर आम आदमी क्लिनिक खुले जा रहे ने। 27 जनवरी नूं इह आम आदमी क्लिनिक लोकां लई खोल दित्ते जाणगे, जिस नाल पंजाब च कुल 500 आम आदमी क्लिनिक हो जाणगे। खजाना मंत्री हरपाल चीमा ने दस्या कि 26 जनवरी नूं इह क्लिनिक शुरू कर दित्ते जाणगे। इन्हां दा उद्घाटन आम आदमी पार्टी दे संयोजक अते दिल्ली दे मुख्यमंत्री अरविंद केजरीवाल अते पंजाब दे मुख्यमंत्री भगवंत मान 27 जनवरी नूं अमृतसर च करनगे। इत्थों लोकां नूं खास सुविधावां दित्तियां जाणगियां। ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ ਸੀ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਗਰੰਟੀ ਦਿੱਤੀ ਸੀ ਕਿ ਅਸੀਂ ਪੰਜਾਬ ਦੇ ਹਰੇਕ ਨਾਗਰਿਕ ਦੀਆਂ ਸਿਹਤ ਸਹੂਲਤਾਂ ਵਰਲਡ ਕਲਾਸ ਦੀਆਂ ਬਣਾਵਾਂਗੇ, ਮਹੱਲਾ ਕਲੀਨਿਕ ਖੋਲ੍ਹੇ ਜਾਣਗੇ। ਪੰਜਾਬ ਦੇ ਅੰਦਰ ਅਸੀਂ ਕਮਿਟਮੈਂਟ ਲੈਣੀ ਸੀ ਬਿਫੋਰ ਇਲੈਕਸ਼ਨ ਪੰਜਾਬ ਦੇ ਨਾਲ ਪੰਜਾਬੀਆਂ ਦੇ ਰਾਜੀ ਸੀ। 15 ਅਗਸਤ ਨੂੰ ਅਸੀਂ ਪੰਜਾਬ ਦੇ ਅੰਦਰ 100 ਮਹੱਲਾ ਕਲੀਨਿਕ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤੇ ਸੀ। ਉਸੇ ਤਰਜ ਨੂੰ, ਉਸੇ ਲੜੀ ਨੂੰ, ਉਸੇ ਪ੍ਰਕਿਰਿਆ ਨੂੰ ਅੱਗੇ ਵਧਾਉਂਦਿਆਂ 26 ਜਨਵਰੀ ਨੂੰ ਅਸੀਂ ਲਗਭਗ 400 ਮਹੱਲਾ ਕਲੀਨਿਕ ਜਿਹੜੇ ਨੇਗੇ ਉਹ ਹੋਰ ਲੋਕਾਂ ਨੂੰ ਦੇਣ ਜਾ ਰਿਹਾ, ਜਿਨ੍ਹਾਂ ਨੂੰ ਸਪੈਸ਼ਲੀ ਜਿਨ੍ਹਾਂ ਦੀ ਰੈਗੂਲੇਸ਼ਨ ਕਰਨ ਦੇ ਲਈ, ਜਿਨ੍ਹਾਂ ਦਾ ਉਦਘਾਟਨ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ, ਦਿੱਲੀ ਦੇ ਲੋਕਪ੍ਰਿਯ ਮੁੱਖ ਮੰਤਰੀ अरविंद केजरीवाल जी, पंजाब के मानजोग मुख्यमंत्री सरदार भगवंत सिंह मान जी 27 जनवरी अमृतसर उद्घाटन करके 27 जनवरी जे 400 होर महला क्लिनिक बन के तैयार हो चुके हैं, गे जे कि मैं समझदा आने वाले समय के अंदर पंजाब के लोगों को बेहतर सेहत सहूलत देंगे। उन्होंने रेगुलेशन, उन्होंने उद्घाटन मानजोग आम आदमी पार्टी के सुप्रीमो, साढ़े सुप्रीमो दिल्ली के मुख्यमंत्री अरविंद केजरीवाल जी, पंजाब के मुख्यमंत्री सरदार भगवंत सिंह मान जी 27 तरीक को साझे तौर के उत्ते अमृतसर रस्मी तौर पर उन्होंने महला क्लिनिक जिहड़े ने पंजाब के लोगों को बेहतर सेहत सहूलत देने के लिए समर्पित करेंगे। उथे ही इस मामले की जानकारी दिंदिया प्रेस कॉन्फ्रेंस च सेहत मंत्री डॉक्टर बलबीर सिंह ने कहा कि मोहल्ला क्लिनिक च पहला दे मुकाबले इस वरी आईटी सेक्शन नू शामिल कीता गया। डॉक्टरां सने पूरे स्टाफ नू लैपटॉप दिते जाणगे। इस तों रियल टाइम च पूरा डेटा हासिल करके उन्हां दा एनालिसिस कीता जा सकेगा। इह पंजाब च सेहत रेवोल्यूशन होवेगा। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੁਝ ਦਿਨ ਪਹਿਲਾਂ ਹੀ ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸੀ, ਜੋ ਸੈਕੰਡਰੀ ਕੇਅਰ 'ਚ ਡਿਊਟੀ 'ਚ ਮੁਸਤੈਦ ਹੋਣਗੇ। ਇਸੇ ਤਰ੍ਹਾਂ ਟਰਸ਼ਰੀ ਕੇਅਰ ਮੈਡੀਕਲ ਕਾਲਜ 'ਚ ਸੁਪਰ ਸਪੈਸ਼ਲਿਟੀ ਡਾਕਟਰਾਂ ਦੀ ਡਿਊਟੀ ਲਾਈ ਜਾਏਗੀ। ਇਹ ਪੂਰਾ ਕਨਸੈਪਟ ਦਿੱਲੀ ਦੇ ਮਾਡਲ ਉੱਤੇ ਆਧਾਰਿਤ ਹੈ। ਅਸੀਂ ਇੱਕ ਬਹੁਤ ਵੱਡਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਜਿੰਨੇ ਸਾਡੇ ਨਰਸਿੰਗ ਕਾਲਜਸ ਹੈ, ਜਿੰਨੀਆਂ ਸਾਡੀਆਂ NGOs ਹੈ, ਜਿੰਨੇ ਸਾਡੇ ਟੋਲ ਪਲਾਜ਼ਾ ਹੈ, ਗਵਰਨਮੈਂਟ ਦੀਆਂ ਸਾਰੀਆਂ ਨਰਸਿਸ ਦਾ ਅਸੀਂ ਪੂਲ ਬਣਾ ਰਹੇ ਹਾਂ। ਬਹੁਤ ਜਲਦੀ ਉਹਦੀ ਓਲਾ ਟਾਈਪ ਐਪ ਹੋਏਗੀ, ਜਿੱਥੇ ਕਿਤੇ ਰੱਬ ਨਾ ਕਰੇ ਕਿਸੇ ਨੂੰ ਕੋਈ ਐਕਸੀਡੈਂਟ ਹੋ ਜਾਏ, ਰੱਬ ਨਾ ਕਰੇ ਕਿਸੇ ਨੂੰ ਹਾਰਟ ਅਟੈਕ ਹੋ ਜਾਏ, ਕੋਈ ਮੈਡੀਕਲ ਐਮਰਜੈਂਸੀ ਹੋ ਜਾਏ, ਉੱਥੇ 15-20 ਮਿੰਟ ਅੱਧੇ ਘੰਟੇ 'ਚ ਐਂਬੂਲੈਂਸ ਪਹੁੰਚ ਜਾਏਗੀ, ਜਿਹਦੇ 'ਚ ਬੇਸਿਕ ਲਾਈਫ ਸਪੋਰਟ ਹੋਏਗੀ ਔਰ ਬਹੁਤ ਸਾਰੀਆਂ ਐਂਬੂਲੈਂਸ ਦੇ ਵਿੱਚ ਸਾਡੇ ਐਡਵਾਂਸ ਲਾਈਫ ਸਪੋਰਟ ਹੋਏਗੀ। ਇਟ ਵਿਲ ਬੀ ਲਾਈਕ ਏ ਹੋਸਪਿਟਲ। ਇਹ ਵਿਜ਼ਨ ਹੈ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਔਰ ਸ਼੍ਰੀ ਭਗਵੰਤ ਮਾਨ ਜੀ ਦੀ, ਜਿਹਨੂੰ ਅਸੀਂ ਇੰਪਲੀਮੈਂਟ ਕਰਨਾ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ 26,000 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦੇ ਚੁੱਕੀ ਹੈ, ਨਾਲ ਹੀ 6,000 ਤੋਂ ਜ਼ਿਆਦਾ ਕੱਚੇ ਕਰਮਚਾਰੀਆਂ ਨੂੰ ਪੱਕਾ ਵੀ ਕੀਤਾ ਗਿਆ। ਪੰਜਾਬ 'ਚ ਲਗਭਗ 20,000 ਤੋਂ ਜ਼ਿਆਦਾ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਹੋਮ ਦੇ ਡਾਕਟਰ ਨੇ, ਨਾਲ ਹੀ 1,00,000 ਤੋਂ ਜ਼ਿਆਦਾ ਪੈਰਾਮੈਡਿਕ ਫੋਰਸ ਵੀ ਹੈ। ਇਹ ਸਾਰੇ ਆਪਣੀਆਂ ਗੱਡੀਆਂ 'ਚ ਫਸਟ ਏਡ ਕਿੱਟ ਰੱਖਿਆ ਕਰਨਗੇ। ਇਸ ਦੇ ਨਾਲ ਕਦੀ ਵੀ ਕਿਤੇ ਵੀ ਕੋਈ ਵੀ ਹਾਦਸਾ ਹੋਣ ਉੱਤੇ ਜ਼ਖਮੀਆਂ ਨੂੰ ਪ੍ਰਾਥਮਿਕ ਇਲਾਜ ਦਿੱਤਾ ਜਾ ਸਕੇਗਾ। ਪੰਜਾਬ ਦੀ ਸਿਹਤ ਵਿਵਸਥਾ 'ਚ ਸੁਧਾਰ ਲਈ ਪੰਜਾਬ ਸਰਕਾਰ ਦਾ ਇਹ ਕਦਮ ਇੱਕ ਸ਼ਲਾਘਾਯੋਗ ਕਦਮ ਮੰਨਿਆ ਜਾ ਰਿਹਾ ਹੈ।